ਇਹਦਾ ਘਰ ਲੱਭਣ ਲਈ, ਇਹਦਾ ਪਰਿਵਾਰ ਲੱਭਣ ਲਈ ਵੀਡੀਓ ਨੂੰ ਸ਼ੇਅਰ ਕਰੋ ਪਲੀਜ਼। ਇਸ ਭੈਣ ਨੂੰ ਜੇ ਕੋਈ ਪਹਿਚਾਣਦਾ ਤੂੰ ਮੇਰੇ ਕੋ ਬਤਾ ਤੇਰਾ ਗਾਉਂ ਕੌਨ ਸਾ ਹੈ, ਤੇਰੇ ਕੋ ਛੋੜ ਕੇ ਆਉਂਗੇ ਹਮ। ਹਾਂ ਕਹਾਂ ਛੋੜ ਕੇ ਆਏ, ਕਿਸੀ ਨੇ ਭੇਜਿਆ ਹੈ ਇੱਧਰ ਤੇਰੇ ਕੋ ਕਿ ਤੂੰ ਆਪਣੇ ਆਪ ਆਈ? ਹਾਂ ਨਹੀਂ ਹੈ, ਗਾੜੀ ਨਹੀਂ ਹੈ ਕੋਈ, ਰੋਟੀ ਖਾ ਲੇ, ਕੁਛ ਨਹੀਂ ਹੈ ਇਸ ਮਿੰਟ, ਖਾ ਲੇ ਆਰਾਮ ਸੇ ਖਾ ਲੇ, ਠੀਕ ਹੈ? ਨਹਾਣਾ ਹੈ ਤੋ ਨਹਾ ਲੈਣਾ ਬਾਅਦ ਮੇਂ, ਠੀਕ ਹੈ? ਤੇਰੇ ਕੋਈ ਕੁਛ ਨਹੀਂ ਕਹੇਗਾ ਇੱਧਰ, ਠੀਕ ਹੈ? ਸੋਨਾ ਦੱਸਦੀ ਹੈ ਭੈਣ ਆਪਣਾ ਨਾਂ, ਅਸਲੀ ਨਾਂ ਸਹੀ ਸਾਨੂੰ ਪਤਾ ਨਹੀਂ ਹਜੇ, ਕੀ ਸਹੀ ਇਹ ਹੀ ਹੈ ਜਾਂ ਕੋਈ ਹੋਰ ਹੈ ਨਾਂ। ਇੱਧਰ ਕੈਸੇ ਆਈ ਬਹਿਣ ਤੂੰ? ਮੇਰੇ ਸਾਥ ਦਿੱਤੀ ਇਹ ਸਭ ਖਾਣਾ ਖਾਣੇ ਹੈ, ਇਹ ਕਹਾ ਲਗੇ ਚਲੋ ਮੰਡੀ ਮੇ ਛੁੜੀ ਲੈ ਦੇ ਚੇ, ਇਹਦੇ ਵੀ ਬੱਚੇ ਜਾਂ ਇਹਦੇ ਵੀ ਮਾਂ ਬਾਪ ਜਾਂ ਇਹਦਾ ਪਤੀ ਇਹਨੂੰ ਲੱਭਦੇ ਫਿਰਦੇ ਹੋਣਗੇ, ਉਹ ਵੀ ਫਿਕਰਮੰਦ ਹੋਣਗੇ ਵੀ ਕਿੱਥੇ ਗਈ। ਕੀ ਕੰਮ ਕਰਦੀ ਸੀ ਭੈਣੇ ਤੂੰ ਪਹਿਲਾਂ? ਕਿਤਨਾ ਕੋਠੀ ਕਾ ਕੰਮ ਕਰਦੀ ਸੀ? ਮੇਰੇ ਤੇ 50 ਕੋਠੀਆਂ ਹਨ। ਅੱਬੂ ਆਲ ਸੀ ਤੂੰ? ਅਰੇ ਕੀ ਬਾਤ ਹੈ ਅੱਬੂ ਆਲ। ਕਿਤਨਾ ਬੱਚਾ ਹੈ ਤੁਹਾਡਾ? ਤੇਰੇ ਕੋ ਮਾਰਾ ਕਭੀ ਉਸਨੇ? ਵੋ ਨਹੀਂ ਮਾਰਤਾ, ਦੂਸਰੇ ਸੇ ਮਾਰਤਾ। ਐਸੇ ਦੂਸਰੋਂ ਸੇ ਮਰਵਾਤਾ। ਹਾਂਜੀ ਭੈਣੇ ਸਤਿ ਸ੍ਰੀ ਅਕਾਲ, ਕੀ ਨਾਮ ਤੇਰਾ ਭੈਣੇ? ਨਾਮ ਕਿਆ ਹੈ? ਸੋਨਾ। ਹੈ ਸੋਨਾ? ਸੋਨਾ, ਠੀਕ ਹੈ। ਤੁਹਾਡੇ ਪਿਤਾ ਜੀ ਕਾ ਨਾਮ ਕਿਆ ਹੈ? ਸਰਵੇਸ਼। ਸਰਵੇਸ਼। ਮਾਂ ਕਾ ਨਾਮ? ਕੌਂਸਲਾ। ਕੌਂਸਲਾ। ਦੁਲਾਰੀ। ਦੁਲਾਰੀ। ਬੇਟਾ ਹੈ ਬੱਚਾ? ਬੱਚੇ ਕਾ ਨਾਮ? ਪਤੀ ਕਾ ਨਾਮ ਕਿਆ ਹੈ? ਪਤੀ ਕਾ? ਸਰਵੇਸ਼। ਸਰਵੇਸ਼ ਤੋਂ ਭਾਈ ਬੋਲਾ ਤੂੰ ਅਭੀ, ਭਾਈ ਕਾ ਨਾਮ ਕਿਆ ਹੈ? ਭਾਈ ਕਾ ਕਨ੍ਹਈਆ, ਪਤੀ ਕਾ ਕਨ੍ਹਈਆ। ਅੱਛਾ, ਔਰ ਗਾਉਂ ਕਾ ਨਾਮ? ਗਾਉਂ ਕਾ ਜ਼ਿਲ੍ਹਾ ਹਰਦੋਈ। ਹਰਦੋਈ ਜ਼ਿਲ੍ਹਾ। ਯੇ ਕਹਾਂ ਪੜਤਾ ਹੈ? ਯੂਪੀ ਮੇਂ ਪੜਤਾ ਹੈ? ਹਾਂ ਯੂਪੀ ਵੀ ਹੈ। ਬਿਹਾਰ ਮੇਂ ਪੜਤਾ ਹੈ? ਬਿਹਾਰ ਯੂਪੀ ਸੇ ਪੜਤਾ ਹੈ। ਨਹੀਂ ਨਹੀਂ, ਹਰਦੋਈ ਜ਼ਿਲ੍ਹਾ ਤੋਂ ਯੂਪੀ ਮੇਂ ਪੜਤਾ ਹੈ ਨਾ? ਹਾਂ ਯੂਪੀ ਮੇਂ ਪੜਤਾ ਹੈ। ਆਪਣੀ ਹਿੰਦੀ ਮੇਂ ਪੜਤਾ ਉਧਰ। ਇੱਧਰ ਕੈਸੇ ਆਈ ਬਹਿਨ ਤੂੰ? ਮੇਰੇ ਸਾਥ ਦਿੱਤੀ ਇਹ ਸਭ ਖਾਣਾ ਖਾਣੇ ਹੈ, ਇਹ ਕਹਾ ਲਗੇ ਚਲੋ ਮੰਡੀ ਮੇਂ ਚੂੜੀ ਲੈ ਦੇ ਚਲੇ, ਕੱਪੜੇ ਲੈ ਦੇ। ਤੁਹਾਡਾ ਪਤੀ ਕਿਧਰ ਹੈ? ਚਲੇ ਗਏ। ਪਤੀ ਕਹਾਂ ਹੈ? ਪਤੀ ਤੋਂ ਮੇਰਾ ਘਰ ਮੇਂ ਹੋਗਾ। ਘਰ ਮੇਂ ਹੋਗਾ। ਉਸਕਾ ਨੰਬਰ ਹੈ ਜਹਾਂ ਤੇਰੇ ਕੋ ਫੋਨ ਨੰਬਰ? ਪਤਾ ਨਹੀਂ, ਲੜਕੀ ਸੇ ਲੈ ਲੋ, ਮੇਰਾ ਤਾਂ ਧਿਆਨ ਨਹੀਂ ਹੈ। ਸੁਬਹ ਸੇ ਗਈਆ ਕਟ ਰਹੀ। ਜੇ ਦੇਖੋ ਨੰਬਰ ਲਿਖੋ ਇਸ ਪੇ, ਆਪਣੇ ਪਤੀ ਕਾ ਨੰਬਰ ਡਾਇਲ ਕਰੋ। ਕਰਨਾ ਆਤਾ ਨੰਬਰ ਡਾਇਲ? ਐਸੇ ਨਹੀਂ, ਸਹੀ ਨੰਬਰ ਬਤਾਓ, ਸਹੀ ਨੰਬਰ। ਤੁਹਾਡੇ ਪਤੀ ਕਾ ਨੰਬਰ ਕਿਆ ਹੈ? ਨੰਬਰ ਜਾ ਰਿਹਾ ਤੇਰੇ ਕੋ? ਜੇ ਪੈਨ ਪਕੜੋ ਜਾਂ ਫਿਰ ਆਪਣਾ ਨਾਮ ਲਿਖ ਦਿਓ। ਨਹੀਂ ਐਸੇ ਨਹੀਂ ਬਹਿਣ, ਅੱਛੇ ਸੇ ਸੁੰਦਰ ਸਾ ਨਾਮ ਲਿਖੋ ਆਪਣਾ, ਸੁੰਦਰ ਸਾ ਨਾਮ ਜਹਾਂ ਪੇ ਲਿਖੋ, ਸੁੰਦਰ ਸੁੰਦਰ ਨਾਮ। ਨਹੀਂ ਨਾਮ ਨਹੀਂ ਲਿਖਣਾ ਆਤਾ ਤੇਰੇ ਕੋ, ਨਹੀਂ ਲਿਖਣਾ ਆਤਾ, ਪੜ੍ਹਨਾ ਲਿਖਣਾ ਆਤਾ ਹੀ ਨਹੀਂ ਹੈ ਤੇਰੇ ਕੋ ਤੋ। ਇਸ ਤੁਹਾਡਾ ਨਾਮ ਕਿਆ ਹੈ? ਨਾਮ ਤੁਹਾਡਾ ਕਿਆ ਹੈ? ਮੈਂ ਲਿਖ ਦਿੱਤਾ ਹੂੰ, ਕਿਆ ਨਾਮ ਹੈ ਬੋਲੋ? ਹਾਂ ਸੋਨਾ। ਅੱਛਾ ਸੋਨਾ, ਠੀਕ ਹੈ। ਪਤੀ ਕਾ ਨਾਮ ਕਿਆ ਹੈ? ਸਰਵੇਸ਼, ਠੀਕ ਹੈ। ਔਰ ਪਿਤਾ ਜੀ ਕਾ ਨਾਮ? ਪਿਤਾ ਕਾ ਬਲਦੇਵ। ਹੈਂ? ਬਲਦੇਵ। ਬਲਦੇਵ। ਭਾਈ ਕਾ ਮਨੋਹਰ। ਭਾਈ ਕਾ ਮਨੋਹਰ। ਕੁੱਲੂ ਰਜਾਓ।
और गांव का नाम? कुरिहाना। जी मायके का गांव है जी ससुराल का? मायके का। ससुराल का गांव का नाम क्या है? ससुराल का? हाँ बोलो, गांव का नाम बोलो ससुराल के। ये ससुराल है। हाँ क्या नाम है गांव का? कुरिहाना। नहीं कुरिहाना तो तेरे मायके का गांव है ना, ससुराल का गांव का नाम क्या है? ससुराल पति का घर इधर हरदोई। हरदोई जिला है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਭੈਣ ਆਪਣਾ ਨਾਮ ਸੋਨਾ ਦੱਸਦੀ ਆ। ਇਹ ਵੀਰ ਹੁਣੀ ਸਾਡੇ ਕੋਲ ਇਸ ਭੈਣ ਨੂੰ ਲੈ ਕੇ ਆਏ ਨੇ। ਵੀਰੇ ਕੀ ਨਾਮ ਸੀ? ਭਾਈ ਖਾਲਸਾ ਬਾਈ ਜੀ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਤੁਹਾਡਾ ਵੀਰੇ? ਸੁਖਜਿੰਦਰ ਸਿੰਘ। ਵੀਰੇ ਹੁਣੀ ਭਰਵਾਲ ਪਿੰਡ ਤੋਂ ਆਏ ਨੇ, ਸਾਡੇ ਲੁਧਿਆਣੇ ਜ਼ਿਲ੍ਹੇ ਦਾ ਹੀ ਪਿੰਡ ਆ ਭਰਵਾਲ। ਇੱਥੇ ਨੇੜੇ ਹੀ ਪਿੰਡ ਆ, 10-15 ਕਿਲੋਮੀਟਰ ਦੂਰ ਹੀ। ਅਤੇ ਵੀਰੇ ਹੁਣੀ ਸਾਡੇ ਨਾਲ ਪਹਿਲਾਂ ਵੀ ਜੁੜੇ ਹੋਏ ਆ, ਸਾਡੇ ਕੋਲ ਆਉਂਦੇ ਨੇ, ਸਾਡੇ ਮੈਂਬਰ ਨੇ, ਸੇਵਾਦਾਰ ਨੇ ਸਾਡੇ ਵੀਰ। ਅੱਜ ਵੀਰ ਉਹਨਾਂ ਦਾ ਫੋਨ ਆਇਆ ਸਾਨੂੰ ਵੀ ਸਾਡੇ ਪਿੰਡ। ਠੀਕ ਹੈ ਬੇਟਾ, ਕੋਈ ਬਾਤ ਨਹੀਂ, ਹਮ ਬਾਤ ਕਰੇਂਗੇ ਨਾ। ਹਾਂ ਕੋਈ ਬਾਤ ਨਹੀਂ, ਹਮ ਬਾਤ ਕਰੇਂਗੇ ਸਭਸੇ। ਅਤੇ ਵੀਰੇ ਤੁਹਾਡੇ ਪਿੰਡ ਕਿਵੇਂ ਆਈ, ਕਿੱਥੋਂ ਆਈ ਭੈਣ, ਕਿੰਨੇ ਕੁ ਵਜੇ ਤੁਹਾਨੂੰ ਮਿਲੀ? ਇਹ ਸੁਬਾਹ ਦੇ ਆਏ ਹੋਏ ਆ ਜੀ। ਅੱਛਾ ਜੀ। ਹਾਂਜੀ ਆਪਣੇ ਖੇਤਾਂ 'ਚ ਸੀਗੇ ਜੀ ਫਿਰਦੇ। ਅੱਛਾ ਜੀ। ਸੁਬਾਹ ਦੇ ਉੱਥੇ ਹੀ ਘੁੰਮੀ ਫਿਰਦੇ, ਉੱਥੇ ਇੱਕ ਖੇਤਾਂ 'ਚ ਘਰ ਸੀਗਾ ਜੀ, ਉਹਨਾਂ ਦੇ ਘਰੇ ਚਲੇ ਗਏ ਜੀ, ਉਹਨਾਂ ਨੇ ਰੋਟੀ ਪਾਣੀ ਖਵਾਇਆ ਜੀ। ਅਤੇ ਫਿਰ ਸੁਬਾਹ ਦੇ ਉੱਥੇ ਹੀ ਕਿਤੇ ਉਹਨਾਂ ਦੇ ਘਰੇ ਚਲੇ ਜਾਂਦੇ ਸੀ, ਕਿਤੇ ਬਾਹਰ ਘੁੰਮਦੇ ਫਿਰਦੇ ਸੀਗੇ। ਅਤੇ ਸ਼ਾਮ ਨੂੰ ਜਦੋਂ ਅਸੀਂ ਲੈਣ ਚਲੇ ਗਏ, ਫਿਰ ਉਹਨਾਂ ਦੇ ਘਰੋਂ ਬਾਹਰ ਚਲੇ ਗਏ। ਫਿਰ ਬਾਹਰ ਅਸੀਂ ਜਦੋਂ ਉੱਥੇ ਬੈਠੇ ਸੀਗੇ, ਉੱਥੇ ਵੀਡੀਓ ਬਣਾਈ, ਉੱਥੋਂ ਬਾਹਰ ਬੈਠਣ ਨੂੰ ਲੈ ਕੇ ਆਏ ਜੀ। ਓਕੇ। ਹਾਂਜੀ ਉਹ ਖੇਤਾਂ ਸੀ ਘਰ? ਹਾਂਜੀ ਖੇਤਾਂ ਸੀਗਾ ਜੀ। ਉਹਨਾਂ ਨੇ ਕਿਸੇ ਦੱਸਿਆ ਵੀ ਕਦੋਂ ਆਈ, ਕੋਈ ਛੱਡ ਕੇ ਗਿਆ ਜਾਂ ਆਪੇ ਹੀ ਆ ਗਈ ਜਾਂ ਕਿਵੇਂ? ਨਹੀਂ ਆਪੇ ਆ ਗਈ ਜੀ। ਆਪੇ ਆ ਗਈ। ਇਹ ਭੈਣ ਆਨੇ ਪੈਣੇ, ਖੜੇ ਹੋ ਜਾਓ। ਇਹ ਭੈਣ ਦੇ ਪਜਾਮਾ ਜਿਹਾ ਵੀ ਮੰਨ ਲਓ ਜਿਵੇਂ ਜੈਂਟਸ ਪਾਇਆ, ਜਿਵੇਂ ਕਿਸੇ ਨੇ ਪਾਇਆ ਹੁੰਦਾ ਇਹਦੇ, ਹੈ ਨਾ। ਅਤੇ ਕੱਪੜੇ ਵੀ ਪੂਰੇ ਨਹੀਂ ਗਏ, ਡੇਰੇ ਕੁਰਸੀ ਦੇ, ਚੁੰਨੀ ਵੀ ਸਿਰ 'ਤੇ ਨਹੀਂ ਹੈਗੀ, ਹੈ ਨਾ। ਆਪਣਿਆਂ ਤੋਂ ਵਿਛੜ ਗਈ ਹੈ ਕਿਤੇ, ਜਾਂ ਤਾਂ ਪਰਦੇਸੀ ਜਿਵੇਂ ਹੁਣ ਪੰਜਾਬ 'ਚ ਆਏ ਹੋਏ ਨੇ, ਕਣਕ ਦੀ ਵਾਢੀ ਚੱਲਦੀ ਆ, ਇੱਦਾਂ ਕੋਈ ਇਕੱਠਾ ਉੱਥੋਂ ਮਤਲਬ ਠੇਕੇਦਾਰ ਜਿਵੇਂ ਲੇਬਰ ਲੈ ਕੇ ਆਉਂਦਾ ਨਾਲ, ਕੋਈ ਉੱਦਾਂ ਆ ਗਏ ਇਕੱਠੇ ਗਰੁੱਪ 'ਚ, ਅਤੇ ਉਹਨਾਂ ਤੋਂ ਵਿਛੜ ਗਈ ਆ। ਅਤੇ ਜਾਂ ਇਹ ਕਿਤੇ ਇਹਦੇ ਘਰ ਵਾਲਾ ਜਾਂ ਬੱਚੇ ਇੱਥੇ ਨਾਲ ਆ, ਕਿਸੇ ਦੇ ਖੇਤ 'ਚ ਰਹਿੰਦੇ ਹੋਣ ਜਾਂ ਕਿਸੇ ਦੇ ਘਰ ਰਹਿੰਦੇ ਹੋਣ, ਮੈਂਟਲੀ ਪ੍ਰੋਬਲਮ ਆ ਗਈ ਕੋਈ ਨਾ ਕੋਈ, ਉੱਥੋਂ ਘਰੋਂ ਨਿਕਲ ਆਈ ਇਹ ਭੈਣ। ਇਹਦਾ ਘਰ ਲੱਭਣ ਲਈ, ਇਹਦਾ ਪਰਿਵਾਰ ਲੱਭਣ ਲਈ ਵੀਡੀਓ ਨੂੰ ਸ਼ੇਅਰ ਕਰੋ ਪਲੀਜ਼। ਇਸ ਭੈਣ ਨੂੰ ਜੇ ਕੋਈ ਪਹਿਚਾਣਦਾ ਦੇਸਣ ਆ, ਪਰ ਇਹ ਵੀ ਸਾਡੀ ਭੈਣ ਆ, ਸਾਡੀ ਇੱਜ਼ਤ ਆ। ਇਹਦੇ ਵੀ ਬੱਚੇ ਜਾਂ ਇਹਦੇ ਵੀ ਮਾਂ ਬਾਪ ਜਾਂ ਇਹਦਾ ਪਤੀ ਇਹਨੂੰ ਲੱਭਦੇ ਫਿਰਦੇ ਹੋਣਗੇ, ਉਹ ਵੀ ਫਿਕਰਮੰਦ ਹੋਣਗੇ ਵੀ ਕਿੱਥੇ ਗਈ। ਸੋਨਾ ਦੱਸਦੀ ਹੈ ਭੈਣ ਆਪਣਾ ਨਾਂ, ਅਸਲੀ ਨਾਂ ਸਹੀ ਸਾਨੂੰ ਪਤਾ ਨਹੀਂ ਹਜੇ ਕੀ ਸਹੀ ਇਹ ਹੀ ਆ ਜਾਂ ਕੋਈ ਹੋਰ ਆ ਨਾਂ, ਪਰ ਧੰਨਵਾਦ ਆ ਬਾਈਆਂ ਦਾ। ਅਤੇ ਇਹਨਾਂ ਨੇ ਉਪਰਾਲਾ ਕੀਤਾ, ਇਹਨਾਂ ਨੇ ਨਗਰ 'ਚ ਘੁੰਮਦੀ ਸੀ ਭੈਣ, ਅਤੇ ਨਹੀਂ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਕਿੱਦਾਂ ਦੇ ਦਰਿੰਦੇ ਘੁੰਮਦੇ ਆ, ਭੇੜੀਏ ਘੁੰਮਦੇ ਸਾਡੇ ਸਮਾਜ ਦੇ ਵਿੱਚ। ਇਸ ਭੈਣ ਦੀ ਕੀ ਦੁਰਦਸ਼ਾ ਹੋ ਸਕਦੀ ਸੀ ਉੱਥੇ, ਪਰ ਇਹਨਾਂ ਦਾ ਕੀਤਾ ਹੋਇਆ ਉਪਰਾਲਾ ਤਾਂ ਹੀ ਸਫਲ ਹੋਣਾ ਜੇ ਤੁਸੀਂ ਸਾਰੇ ਕੋਸ਼ਿਸ਼ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਅਤੇ ਉਹ ਸ਼ੇਅਰ ਕੀਤੀ ਵੀਡੀਓ ਇਹਨਾਂ ਦੇ ਆਪਣਿਆਂ ਤੱਕ ਪਹੁੰਚ ਸਕੇ, ਤਾਂ ਜੋ ਇਹ ਆਪਣੇ ਘਰ ਤੱਕ ਪਹੁੰਚ ਸਕੇ। ਭੈਣ ਪਲੀਜ਼ ਸਾਰੇ ਜਾਣੇ ਸ਼ੇਅਰ ਕਰੇ। ਕਿਆ ਨਾਮ ਹੈ ਭੈਣ, ਕਿਆ ਬੋਲਿਆ ਤੂੰ? ਸੋਨੀ ਨਾਮ ਹੈ ਤੇਰਾ? ਮੰਦਰ ਜਾਤੀ ਹੈ? ਮੰਦਰ ਕਦੀ ਗਈ ਮਾਤਾ ਜੀ ਕੇ? ਮੰਦਰ ਜਾਤੀ ਹੈ ਕਿ ਮੰਦਰ ਨਹੀਂ ਗਏ ਹੈ, ਅਸੀਂ ਮਨ ਆ ਰਹਾ ਹੈ, ਭਾਗਵਤ ਤੋਂ ਕਰਵਾ ਦਿਆ।
ਮੰਦਿਰ ਕਾ ਵੋ ਦੋ ਮੰਦਿਰ ਤਿੰਨ ਚਾਰ ਪੰਜ ਮੰਦਿਰ ਕਰਾਨਾ ਹੈ। ਅਰੇ ਔਰ ਮੰਦਿਰ ਕਰਾਨਾ ਹੈ। ਦੇਣੇ ਕਹਿੰਦੀ ਫੈਕਟਰੀ ਚ ਕੰਮ ਕਰਦੀ ਸੀ ਪਹਿਲਾਂ। ਅੱਛਾ ਖਿੱਚ ਲੈ ਖਿੱਚ ਲੈ ਸਾਰਾ ਕੁਝ ਪੁੱਛਿਆ। ਕੀ ਕੰਮ ਕਰਦੀ ਸੀ ਭੈਣੇ ਤੂੰ ਪਹਿਲਾਂ? ਮੈਂ ਤਾਂ ਕੋਠੀਆਂ ਮੇ ਲੱਗੀ ਸੀ। ਕਿਤਨਾ ਕੋਠੀ ਕਾ ਕੰਮ ਕਰਦੀ ਸੀ? ਮੇਰਾ ਤੇ 50 ਕੋਠੀਆਂ ਬੰਦੀ। ਔਰੇ ਕੀ ਬਾਤ ਹੈ ਦੀਦੀ, ਇਤਨਾ ਕੰਮ ਕਰਦੀ ਸੀ ਤੂੰ? ਕਹਾਂ ਕਰਦੀ ਸੀ ਕੰਮ ਕੋਠੀਆਂ? ਪਿੰਡ ਮੇ। ਕੌਣ ਸੇ? ਇਧਰ ਲੁਧਿਆਣਾ ਲਈ ਪਿੰਡ ਨਹੀਂ ਮੈਂ ਜਾਣਤੇ। ਕੌਣ ਸਾ ਪਿੰਡ? ਪਿੰਡ ਕਾ ਨਾਮ? ਆਓ ਜਹਾਂ ਪੇ ਤੁਮ ਕਾਮ ਕਰਤੀ ਥੀ ਗਾਂ। ਜਹਾਂ ਬੋਨਾ ਹੈ ਗੌਸ਼ਾਲਾ ਬਨਾ ਹੈ ਬਹਿਨੇ ਰਹਤੇ ਹੈ। ਕਹਾਂ? ਜਹਾਂ ਗੌਸ਼ਾਲਾ ਗਈ। ਗੌਸ਼ਾਲਾ ਤੋ ਬਹੁਤ ਹੈ ਬਹਿਨ ਜੀ, ਲੁਧਿਆਣਾ ਮੇ 200 ਗੌਸ਼ਾਲਾ ਹੈ। ਔਰ ਇਧਰ ਚਲੇ ਆਓ ਜਹਾਂ ਯੋ ਜਿਸ ਬੰਸਰੀ ਨਹੀਂ ਬੋਲੇ ਜਾਤੇ ਤਿਹਾਂ ਰਹਤੇ ਹੈ। ਕਹਾਂ? ਜਿਸ ਬੰਸਰੀ ਨਹੀਂ, ਕੁਛ ਔਰ ਬਤਾਓ। ਕੋਈ ਮੰਦਿਰ ਹੈ ਬੜਾ ਵਹਾਂ ਪੇ? ਸ਼ਿਵ ਮੰਦਿਰ ਜਾਣਤੇ ਹੈ? ਸ਼ਿਵ ਮੰਦਿਰ ਵੀ ਬਹੁਤ ਹੈ ਮੰਦਿਰ ਤੋਂ। ਤੁਮ ਲੁਧਿਆਣਾ ਮੇ ਕਹਾਂ ਥੀ? ਗਾਓ ਕਾ ਕਿਆ ਨਾਮ ਥਾ ਉਸ ਗਾਓ ਕਾ ਜਹਾਂ ਪੇ ਤੁਮ ਕਾਮ ਕਰਦੇ? ਗਾਓ ਕਾ ਬਿਹਾਰ ਉਪੀ ਯੂਪੀ ਲੁਧਿਆਣਾ। ਲੁਧਿਆਣਾ, ਲੁਧਿਆਣਾ ਮੇ ਕਹਾਂ? ਇਧਰ ਅੱਬੂਹਾਲ। ਅੱਬੂਹਾਲ? ਹਾਂ, ਅੱਬੂਹਾਲ ਗਾਓ ਮੇ ਰਹਤੀ ਸੀ। ਔਰ ਕੀ, ਅੱਬੂਹਾਲ ਸੇ ਹੈ ਤੂੰ? ਹਾਂ। ਅਰੇ ਕਿਆ ਬਾਤ ਹੈ, ਅੱਬੂਹਾਲ ਬਹੁਤ। ਦਰਿਆ ਵੀ ਤੁਹਾਡੇ ਘਰ ਕੇ ਪਾਸ ਹੀ ਨਿਕਲਤਾ ਹੈ ਦਰਿਆ, ਸਤਲੁਜ ਦਰਿਆ। ਵਹਾਂ ਪੇ ਛਠ ਪੂਜਾ ਕੀ ਥੀ ਇਸ ਵਾਰ? ਛਠ ਪੂਜਾ ਅਭੀ ਨਹੀਂ ਕੀਆ। ਪਿਛਲੇ ਸਾਲ? ਨਹੀਂ ਪਿਛਲੇ ਸਾਲ, ਮੇਰੀ ਜਠਾਣੀ ਜੋ ਸਾਰੀ ਪੂਜਾ ਛੋੜ ਦੀ ਆਈ ਸੀ। ਬਿਸ ਸੋ ਤੂੰ ਛਠ ਪੂਜਾ ਮੈਂ ਗਈ ਥੀ? ਗਈ ਤਾਂ। ਅਰੇ ਕਿਆ ਬਾਤ ਹੈ ਦੀਦੀ। ਦੀਵਾਲੀ ਮੇ ਕਹਾਂ ਥੀ ਇਸ ਵਾਰ? ਦੀਵਾਲੀ ਮੇ? ਦੀਵਾਲੀ ਮੈਂ ਨਹੀਂ ਕੀਆ। ਦੀਵਾਲੀ ਮੇ ਲక్ష్ਮੀ ਪੂਜਾ ਕੀਆ? ਹਾਂ ਸਭ ਕੀਆ। ਲక్ష్ਮੀ ਪੂਜਾ ਕੀਆ? ਬੱਚੋਂ ਕੇ ਸਾਥ ਕੀਆ? ਹਾਂ ਬੱਚੇ। ਤੁਹਾਡੇ ਬੱਚੇ ਕਿਤਨੇ ਹੈ? ਬੱਚੇ ਤਾਂ ਮੇਰੇ 9 ਹੈ। 9 ਬੱਚੇ ਹੈ। ਅਰੇ ਸਭ ਤੋਂ ਛੋਟੇ ਕਾ ਨਾਮ ਕਿਆ ਹੈ? ਸੋਬਿਤ। ਸੋਬਿਤ? ਔਰ ਉਸਕੇ ਬੜਾ? ਰੋਹਿਤ। ਉਸਸੇ ਬੜਾ? ਅਨੁਰਾਗ। ਉਸਸੇ ਬੜਾ? ਉਸਤੇ ਬੜਾ ਕਹਾਂ। ਔਰ ਤੀਨੋ ਹੈ? ਚਾਰ। ਚਾਰ ਬੱਚੇ ਹੈ। ਦੋ ਕੁੜੀ। ਦੋ ਕੁੜੀ ਹੈ। ਔਰ ਪਤੀ ਕਾ ਨਾਮ ਕਿਆ ਹੈ? ਸਰਵੇਸ਼। ਕਿਆ ਕੰਮ ਕਰਤਾ ਹੈ ਸਰਵੇਸ਼? ਸਰਵੇ ਤੋ ਇਸੇ ਦਿਹਾੜੀ ਪਿਆੜੀ ਕਰ ਲਿਆ ਦਰਬਾਰ। ਕੌਣ ਸੇ ਸਰਦਾਰ ਕੇ ਸਾਥ ਕੰਮ ਕਰਤਾ ਹੈ ਜ਼ਿਆਦਾ? ਸਰਦਾਰ ਤਾਂ ਸਭ ਕੋਈ ਨਹੀਂ ਕਰਤਾ, ਇਧਰ ਜਾਤਾ ਹੈ ਦੋ ਇੱਕ ਸਰਦਾਰ ਹੈ ਉਸਕੇ ਸੰਗ ਦਾਰੂ ਪੀਤਾ ਕੰਮ ਕਰਤਾ ਬਸ। ਦਾਰੂ ਪੀਤਾ ਹੈ ਬਹੁਤ। ਔਰ ਪੀਤਾ ਹੈ। ਮਾਰਤਾ ਪੀੜਤਾ ਵੀ ਹੈ? ਔਰ ਕਾਸ ਕੋ ਕੰਮ ਨਹੀਂ ਆਤਾ। ਤੇਰੇ ਕੋ ਮਾਰਾ ਕਭੀ ਉਸਨੇ? ਵੋ ਨਹੀਂ ਮਾਰਤਾ, ਦੂਸਰੇ ਸੇ ਮਰਵਾਤਾ ਹੈ। ਐਸੇ ਦੂਸਰੋ ਸੇ ਮਰਵਾਤਾ ਹੈ। ਤੋ ਤੁਹਾਡੇ ਬੱਚੇ ਸਕੂਲ ਜਾਤੇ ਹੈ? 2000 ਗਾੜੀ ਆਈ ਥੀ। ਗਾਉਂ ਗਾਉਂ ਬੱਚੇ ਤੁਹਾਡੇ ਸਕੂਲ ਜਾਤੇ ਹੈ? कौन सी क्लास में बच्चा बड़ा वाला? कोई 3 में, कोई 1 में, कोई 2 में। कितना बच्चा है तुम्हारा? हमें जितना बताओ उतना बच्चा भेज दे। नहीं, तुम्हारे कितने बच्चे? मेरे तेरे इतना बच्चा कौन करेगा। चलो अपना ਤੁਸੀਂ ਸਾਰੇ ਫਰਜ਼ ਨਿਭਾਓ। ਇਸ ਭੈਣ ਦਾ ਘਰ ਲੱਭਣ ਲਈ ਵੀਡੀਓ ਨੂੰ ਸ਼ੇਅਰ ਕਰੋ, ਸਾਡਾ ਸਾਥ ਦਿਓ, ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।